ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੀ ਖੋਜ ਕਰਨ ਦੇ ਲਈ ਸਾਡੀ ਟੀਮ ਅੱਜ ਪਹੁੰਚੀ ਹੈ ਜੀ ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੇ ਅੰਦਰ। ਸਾਨੂੰ ਕੁਝ ਇੱਥੋਂ ਦੇ ਇਤਿਹਾਸ ਬਾਰੇ ਪਤਾ ਲੱਗਿਆ ਸੀ ਅਤੇ ਉਸ ਇਤਿਹਾਸ ਨੂੰ ਖੋਜਣ ਦੇ ਬਾਰੇ ਸਾਨੂੰ ਪਰਮਿਸ਼ਨ ਲੈਣੀ ਪਈ। ਪਰਮਿਸ਼ਨ ਲੈਣ ਤੋਂ ਬਾਅਦ, ਕਿਉਂਕਿ ਇੱਥੇ ਅੰਦਰ ਆਉਣਾ ਤਕਰੀਬਨ ਆਮ ਵਿਅਕਤੀ ਇੱਥੇ ਅੰਦਰ ਹਲੇ ਨਹੀਂ ਆ ਸਕਦਾ, ਬੰਦ ਹੈ, ਅਤੇ ਸਾਡੀ ਟੀਮ ਇੱਥੇ ਪਹੁੰਚੀ ਹੈ ਲਾਇਬ੍ਰੇਰੀ ਦੇ ਅੰਦਰ ਅਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਪਰਮਿਸ਼ਨ ਲਿੱਤੀ ਹੈ ਲਾਈਵ ਵੀਡੀਓ ਦਿਖਾਉਣ ਦੀ। ਅਤੇ ਇਹ ਸਾਰੀ ਲਾਇਬ੍ਰੇਰੀ ਹੈ ਜੀ, ਅਤੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਵੀ ਦਰਜ ਹੈ। ਅਤੇ ਇਸ ਇੱਥੇ ਦਾ ਇਹ ਕਹਿ ਲਈਏ ਸਿੱਖਾਂ ਦੇ ਨਾਲ ਬਹੁਤ ਵੱਡਾ ਸੰਬੰਧ ਇੱਥੋਂ ਦੇ ਨਵਾਬਾਂ ਦਾ ਰਿਹਾ। ਅਸੀਂ ਖੜ੍ਹੇ ਹਾਂ ਜੀ ਯੂਪੀ ਦੇ ਵਿੱਚ ਰਾਮਪੁਰ ਸ਼ਹਿਰ ਦੇ ਅੰਦਰ, ਜਿੱਥੇ ਲਾਇਬ੍ਰੇਰੀ ਹੈ। ਇਹੀ ਰਾਮਪੁਰ ਦੇ ਨਵਾਬ ਨੇ ਇਸ ਇਲਾਕੇ ਦੇ ਵਿੱਚ ਸਿੱਖਾਂ ਨੂੰ ਲਿਆ ਕੇ ਵਸਾਇਆ ਸੀ। ਅਤੇ ਇਸ ਲਾਇਬ੍ਰੇਰੀ ਦਾ ਨਾਮ ਹੈ ਜੀ ਰਜ਼ਾ ਲਾਇਬ੍ਰੇਰੀ। ਇਹ ਲਾਇਬ੍ਰੇਰੀ ਦਾ ਸੀਨ ਤੁਸੀਂ ਦੇਖ ਰਹੇ ਹੋ। ਅਤੇ ਜਦੋਂ ਆਪਾਂ ਇੱਥੇ ਐਂਟਰ ਹੁੰਦੇ ਹਾਂ ਰਾਮਪੁਰ ਰਜ਼ਾ ਲਾਇਬ੍ਰੇਰੀ ਦੇ ਅੰਦਰ, ਤਾਂ ਇਸ ਜਗ੍ਹਾ ਦੇ ਉੱਤੇ ਪਵਿੱਤਰ ਫਾਰਸੀ ਦੇ ਵਿੱਚ ਰਮਾਇਣ ਔਰ ਪਵਿੱਤਰ ਬਾਈਬਲ ਔਰ ਪਵਿੱਤਰ ਕੁਰਾਨ ਔਰ ਉਰਦੂ ਦੇ ਵਿੱਚ ਪਵਿੱਤਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਜਗ੍ਹਾ ਦੇ ਉੱਤੇ ਮੌਜੂਦ ਨੇ। ਅਤੇ ਸਾਡੀ ਇਹਨਾਂ ਦੇ ਨਾਲ ਵਿਚਾਰ ਵੀ ਚੱਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਅਲੱਗ ਰੁਮਾਲਿਆਂ ਦੇ ਵਿੱਚ ਰੱਖ ਦੇਣੇ ਚਾਹੀਦੇ ਨੇ, ਅਤੇ ਉਹ ਇਹਨਾਂ ਤੋਂ ਅਸੀਂ ਈਮੇਲ ਲੈ ਲਿੱਤੀ ਹੈ ਜੀ। ਫਿਲਹਾਲ ਸਾਡੀ ਟੀਮ ਕੁਛ ਇਤਿਹਾਸਿਕ ਤੱਥਾਂ ਨੂੰ ਲੈ ਕੇ ਬੇਗਮ ਸਾਹਿਬਾਂ ਨੂੰ ਮਿਲ ਕੇ ਕੁਛ ਪੁਰਾਤਨ ਸਰੋਤਾਂ ਦੇ ਉੱਤੇ ਸਟੱਡੀ ਕਰਨ ਦੇ ਲਈ ਸਾਡੀ ਟੀਮ ਇਸ ਮਹਿਲ ਦੇ ਅੰਦਰ ਪਹੁੰਚੀ ਹੈ ਜੀ, ਜੋ ਮਹਿਲ ਰਜ਼ਾ ਬੇਗਮ ਰਜ਼ਾ ਲਾਇਬ੍ਰੇਰੀ ਰਾਮਪੁਰ ਦੀ ਪੁਰਾਤਨ ਚੌਰ ਸਾਹਿਬ ਮਸ਼ਾਲਾ ਅਤੇ ਮਿਸਾਲ ਹਾਂ ਸਾਹਿਬ ਦੀ ਮਿਸਾਲ ਹੈ, ਮਿਸਾਲ ਸੋਨੇ ਦੀ ਕੁਲਾੜੀ ਚਾਂਦੀ ਦੀ ਕੁਲਾੜੀ ਅਤੇ ਦੇਖੋ ਅੱਛਾ ਇੱਕ ਕੜਾ ਵੀ ਇੱਥੇ ਹੈਗੇ ਪੁਰਾਣੇ। ਕਈ ਕਹਿੰਦੇ ਸੀ ਨਾ ਕੜੇ ਜਿਹੜੇ ਆ ਕਿ ਕੜੇ ਇਹ 2000 BC ਦੇ ਕੜੇ ਨੇ ਜੀ,
ਇਹਦਾ ਮਤਲਬ ਕਿ ਕੜੇ ਜਿਹੜੇ ਨੇ ਆਪਾਂ ਪਿੱਛੇ ਦਿਖਾਇਆ ਸੀ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਕੜਾ, ਔਰ ਕੜੇ ਤਾਂ ਬਹੁਤ ਦੇਰ ਤੋਂ ਚੱਲਦੇ ਆਏ ਨੇ। ਇਹ ਵੀ ਕੋਪਰ ਦਾ ਕੜਾ ਦੇਖੋ, ਔਰ ਜਿਹੜਾ ਆਪਾਂ ਨੂੰ ਕੜਾ ਮਿਲਿਆ ਸੀ ਗੁਰੂ ਨਾਨਕ ਸਾਹਿਬ ਦਾ ਉਹ ਵੀ ਕੋਪਰ ਦਾ ਸੀ, ਅਤੇ ਇਹ ਵੀ ਪੁਰਾਣੇ ਜਿਹੜੇ 2000 BC ਦੇ ਕੜੇ ਨੇ, ਇਹ ਵੀ ਕੋਪਰ ਦੇ ਕੜੇ ਨੇ। ਅਤੇ ਬਹੁਤ ਵੱਡੀ ਲਾਇਬ੍ਰੇਰੀ ਹੈ ਜੀ, ਸਾਰੀ ਗੋਲਡਨ ਨਹੀਂ, ਇਹ ਗੋਲਡ ਜਿਹੜਾ ਪੇਂਟ ਹੋਇਆ ਵਾ ਇਸ ਓਰਿਜਨਲ ਗੋਲਡ ਦੇ ਵਿੱਚ। ਅਤੇ ਕੁਝ ਐਸਾ ਇਤਿਹਾਸ ਹੈ ਜਿਸ ਨੂੰ ਖੋਜਣ ਦੇ ਲਈ ਸਾਡੀ ਟੀਮ ਇੱਥੇ ਪਹੁੰਚੀ ਹੈ, ਅਤੇ ਇੱਥੇ ਦੀ ਬੇਗਮ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ। ਬੇਗਮ ਸਾਹਿਬਾਂ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਔਰ ਸਿੱਖੀ ਪਿਆਰ ਨੂੰ ਲੈ ਕੇ ਜੋ ਉਹਨਾਂ ਦੇ ਅੰਦਰ ਜਜ਼ਬਾਤ ਦੇਖੇ ਗਏ ਉਹ ਬਾ ਕਮਾਲ ਸੀ। ਨਵਾਬ ਸਾਹਿਬ ਦਾ ਪਟਿਆਲੇ ਦੇ ਰਾਜੇ ਦੇ ਨਾਲ ਬਹੁਤ ਵੱਡਾ ਸੰਬੰਧ ਰਿਹਾ ਹੈ, ਅਤੇ ਬਾਕੀ ਖੋਜ ਸਾਡੀ ਹਲੇ ਜਾਰੀ ਹੈ ਜਿਹੜੇ ਪੁਰਾਤਨ ਗ੍ਰੰਥਾਂ ਨੂੰ ਲੈ ਕੇ, ਜਿਹਦੇ ਵਿੱਚ ਪਵਿੱਤਰ ਫਿਰ ਕੁਰਾਨ, ਸ਼੍ਰੀਮਦ ਭਾਗਵਤ ਪੁਰਾਣ, ਪਵਿੱਤਰ ਨਿਊ ਟੈਸਟਾਮੈਂਟ ਅਤੇ ਹੋਰ ਪੁਰਾਣੇ ਗ੍ਰੰਥ ਜਿਹੜੇ ਨੇ ਉਹ ਇੱਥੇ ਮੌਜੂਦ ਨੇ। ਕੁਛ ਚੀਜ਼ਾਂ ਸਾਨੂੰ ਮਿਲੀਆਂ ਨੇ ਜੀ, ਉਹ ਚੀਜ਼ਾਂ ਅਸੀਂ ਜਿਹੜੀਆਂ ਨੇ ਸਾਡੇ ਮਤਵਲ ਦੀਆਂ ਨੇ, ਉਹਦੇ ਲਈ ਅਸੀਂ ਸਟੱਡੀ ਕਰ ਰਹੇ ਹਾਂ। ਜਿੱਦਾਂ ਹੀ ਸਾਨੂੰ ਚੀਜ਼ਾਂ ਮਿਲ ਰਹੀਆਂ ਨੇ ਅਤੇ ਉਹ ਅਸੀਂ ਨੋਟ ਕਰੀ ਜਾ ਰਹੇ ਹਾਂ ਕਿ ਸਾਡੇ ਕੰਮ ਆਉਣ ਵਾਲੀਆਂ ਕੀ ਚੀਜ਼ਾਂ ਨੇ, ਕਿਉਂਕਿ ਇੱਕ ਅਸੀਂ ਹੋਰ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹੁੰਦੇ ਹਾਂ, ਅਲੀਗੜ੍ਹ ਯੂਨੀਵਰਸਿਟੀ ਦੇ ਅੰਦਰ, ਉੱਥੇ ਬਹੁਤ ਕੁਝ ਪਿਆ। ਪਰ ਇੱਕ ਮੈਂ ਇਸ ਵੀਡੀਓ ਦੇ ਵਿੱਚ ਬੇਨਤੀ ਕਰਾਂਗਾ, ਸਾਡੇ ਵੱਲੋਂ ਇਹ ਚੀਜ਼ ਜਾਰੀ ਰਹੇਗੀ ਖੋਜ ਵਿਚਾਰ ਟੀਮ ਵੱਲੋਂ, ਕਿ ਰਿਸਰਚ ਸੈਂਟਰ ਬਣਾਇਆ ਜਾਵੇ, ਉਹਦੇ ਵਿੱਚ ਜਿਹੜਾ ਯੂਥ ਹੈ ਉਹ ਸਾਹਮਣੇ ਆਏ, ਅਤੇ ਯੂਥ ਨੂੰ ਫਾਰਸੀ ਅਤੇ ਹੋਰ ਉਰਦੂ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਕਰਵਾਇਆ ਜਾਵੇ, ਜਿਹਦੇ ਵਿੱਚ ਉਹ ਜਾ ਕੇ ਸਿੱਖ ਇਤਿਹਾਸ ਦਾ ਜਿਹੜੇ ਫਾਰਸੀ ਸਰੋਤ ਨੇ ਉਹ ਪੜ੍ਹ ਕੇ ਸੰਗਤ ਦੇ ਸਾਹਮਣੇ ਲਿਆਉਂਦੇ ਜਾਣ ਜੀ। ਸੋ ਇਹ ਬਹੁਤ ਵੱਡੀ ਰਾਜਾ ਲਾਇਬ੍ਰੇਰੀ ਤੁਸੀਂ ਦੇਖ ਰਹੇ ਹੋ ਜੀ, ਸਿਰਫ ਇੱਕ ਹਾਲ ਹੈ। ਹਾਂ, ਇੱਕ ਹਾਲ ਹੈ, ਸਾਨੂੰ ਦਰਬਾਰ ਲਾਉਂਦੇ ਸੀ ਨਵਾਬ ਸਾਹਿਬ, ਅਤੇ ਇੱਥੇ ਰਾਜੇ ਦਾ ਦਰਬਾਰ ਲੱਗਦਾ ਸੀ। ਸਾਨੂੰ ਫਿਲਹਾਲ ਹਲੇ ਇਸ ਪੋਰਸ਼ਨ ਵਿੱਚ ਆਉਣ ਦੀ ਇਜਾਜ਼ਤ ਮਿਲੀ ਹੈ ਲਿਖਤੀ ਰੂਪ ਦੇ ਵਿੱਚ, ਅਤੇ ਪਰਮਿਸ਼ਨ ਮੰਗੀ ਸੀ ਵੀ ਅਸੀਂ ਆਪਣੇ, ਸਾਡਾ ਇੱਕ ਪਰਿਵਾਰ ਹੈ ਸਾਡੇ ਨਾਲ, ਫੇਸਬੁੱਕ ਪਰਿਵਾਰ ਜੁੜਿਆ ਹੋਇਆ, ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਅਤੇ ਅਸੀਂ ਆਪਣੇ ਫੇਸਬੁੱਕ ਪਰਿਵਾਰ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਇਹ ਪੁਰਾਣੀਆਂ ਹਿਸਟਰੀਆਂ ਨੇ ਜਿਹਦੀ ਅਸੀਂ ਖੋਜ ਕਰ ਰਹੇ ਹਾਂ, ਉਹਦੇ ਨਾਲ ਸਾਨੂੰ ਕੁਛ ਤੱਥ ਮਿਲ ਜਾਣ। ਦੇਖੋ ਤੁਸੀਂ ਪੂਰੀ ਕੇਸ ਦਾੜੀ ਰੱਖੇ ਹੋਏ ਨੇ, ਇੱਧਰ ਵੀ ਦਾੜਾ ਰੱਖਿਆ ਹੋਇਆ ਸੋਹਣਾ ਨਵਾਬਾਂ ਦਾ। ਅਤੇ ਬਾਕੀ ਜੀ ਅਸੀਂ, ਸਾਨੂੰ ਆਪਣੇ ਇਤਿਹਾਸ 'ਤੇ ਮਾਣ ਹੈ, ਅਸੀਂ ਆਪਣੇ ਇਤਿਹਾਸ ਦੇ ਤੱਥਾਂ ਨੂੰ ਫਰੋਲਦੇ ਹੋਏ ਹਰ ਲਾਇਬ੍ਰੇਰੀ ਦੇ ਵਿੱਚ ਜਾਂਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।